ਉੱਪਰ ਪੱਤਣ ਦੇਖੋ ਬਾਈ, ਘਰੋਂ ਗਾਲਾਂ ਬਹੁਤ ਪੈਣੀਆਂ ਵੀਡੀਓ ਦੇਖ ਦੇਖ ਕੇ। ਬਾਈ ਉਹ ਦੇਖੋ ਢਲਾਣ ਹੁਣ ਆਉਣੀ ਆ, ਉੱਤੋਂ ਚਾਰੋਂ ਤਰਫ ਜੰਗਲ ਹੀ ਜੰਗਲ, ਮੋਟਰਸਾਈਕਲ ਫਿਰ ਬੰਦ ਹੋ ਚੜਾਉਣਾ ਯਾਰ। ਬਸ ਇੱਧਰ ਹੀ ਆ ਸਾਡਾ ਰਸਤਾ, ਉਹ ਜਿੱਥੇ ਸਕੂਟਰੀ ਆ ਰਹੀ ਆ ਉਧਰਲੀ ਸਾਈਡ ਬਾਈਕ ਫਸ ਰਹੀ ਆ, ਖਿੱਚ ਦੋ ਚੱਲਣ ਦੋ ਭੱਜ ਲਓ, ਪਹੁੰਚ ਗਏ ਜੀ ਪਹੁੰਚ ਗਏ। ਗਾਇਸ ਡਰ ਰਹੇ ਨੇ ਯਾਰ, ਉਰੇ ਆ ਕੇ ਬੰਦ ਕਰ ਦੇ। ਪਹਿਲੀ ਵਾਰ ਸਫ਼ਰ ਕਰ ਰਹੇ ਹਾਂ ਯਾਰ, ਕਿਸੇ ਦੇ ਘਰ ਆ ਗਏ ਸੀ। ਦੇਖੋ ਨੀਚੇ ਦਾ ਦੇਖੋ ਵਿਊ, ਓ ਮਾਈ ਗੋਡ। ਹੈਲੋ ਗਾਇਸ, ਵੈਲਕਮ ਬੈਕ ਅਗੇਨ ਵਿਦ ਦਾ ਨਿਊ ਵਲੌਗ, ਤੇ ਹੁਣ ਅਗਲਾ ਵਲੌਗ ਹੋ ਚੁੱਕਿਆ ਸਟਾਰਟ, ਤੇ ਹੁਣ ਜਾ ਰਹੇ ਹਾਂ ਆਪਾਂ ਅਗਲੀ ਡੈਸਟੀਨੇਸ਼ਨ ਤੇ। ਡੈਸਟੀਨੇਸ਼ਨਾਂ ਮੁੱਕ ਨਹੀਂ ਰਹੀਆਂ ਹੈਗੀਆਂ, ਮੁੰਡੇ ਜਿੱਦ ਕਰੀ ਜਾ ਰਹੇ ਨੇ ਉੱਥੇ ਜਾਣਾ ਉੱਥੇ ਜਾਣਾ, ਪਰ ਕੋਈ ਨੀ, ਹੁਣ ਅਗਲੀ ਡੈਸਟੀਨੇਸ਼ਨ ਦੇਖਦੇ ਹਾਂ ਕਿੱਥੇ ਆ। ਤੇ ਪਹਾੜੀ ਤੋਂ ਆਪਾਂ ਨੀਚੇ ਉਤਰ ਰਹੇ ਹਾਂ, ਲਾਸਟ ਵਲੌਗ ਦੇ ਵਿੱਚ ਜਿਹੜੀ ਡੈਸਟੀਨੇਸ਼ਨ ਤੁਸੀਂ ਦੇਖੀ ਸੀ ਉੱਪਰ ਗੁਫਾ ਦੇ ਵਿੱਚ, ਆਪਾਂ ਮੱਥਾ ਟੇਕ ਲਿਆ ਸੀ, ਤੇ ਹੁਣ ਵਾਪਸ ਨੀਚੇ ਉਤਰ ਰਹੇ ਹਾਂ। ਮੋਟਰਸਾਈਕਲ ਆਪਣਾ ਫਿਰ ਤੋਂ ਬੰਦ ਆ, ਦਿਖਾਣਾ ਮੋਟਰਸਾਈਕਲ ਬੰਦ ਹੋਇਆ ਪਿਆ, ਬਸ ਏਦਾਂ ਹੀ ਨੀਚੇ ਜਾ ਰਹੇ ਹਾਂ। ਹਾਂ ਰਸਤਾ ਕਹੋ, ਹਾਂ ਅੱਬੇ ਗਿਆ ਸੀ ਉਹਨਾਂ ਨੇ। ਪੱਤਲ ਦੇਖੋ ਬਾਈ, ਪੱਤਲੇ ਪੱਤਲ ਹੋਏ ਪਏ ਨੇ, ਇੰਨੀ ਸਪੀਡ ਰੋਡ ਤੇ ਨੀ ਬਣਨੀ ਇਹਦੀ ਜਿੰਨੀ ਇੱਥੇ ਬਣ ਜਿਹੜੀ ਨਹੀਂ।
ਪਰ ਆ ਚੜਾਈ ਬਈ ਉਰੇ ਆ ਕੇ ਥੋੜਾ ਡਰ ਲੱਗਿਆ ਆ ਮੋੜ ਜੇ ਤੇ ਹਨਾ ਇਹ ਡਾਊਨ ਸੀ ਨਾ ਕਾਫੀ ਨੀਚੇ ਜਾਣਾ ਉਹ ਕਹਿੰਦਾ ਉਧਰ ਦੀ ਉਧਰ ਦੀ ਉਧਰ ਗਾਈਸ ਇੱਧਰ ਨੂੰ ਮੁੜਨਾ ਯਾਰ ਕਾਫੀ ਡਾਊਨ ਆ ਨੀਚੇ ਰਿਸਕਾ ਪੂਰਾ ਉਹ ਸਿੱਧਾ ਹੀ ਜਾਣਾ ਸੋਰੀ ਸਿੱਧਾ ਹੀ ਜਾਣਾ ਰਸਤਾ ਕਿਹੜਾ ਮੈਨੂੰ ਧਾਪ ਨਹੀਂ ਲੱਗ ਰਿਹਾ ਯਾਰ ਕੱਚਾ ਹੈ ਤਾਂ ਘਰ ਆ ਅੱਗੇ ਆਹੀ ਹੋਊਗਾ ਉਹ ਦੇਖ ਕੱਚਾ ਆਊਗਾ ਘਰੇ ਜਾਂਦਾ ਕਿਸੇ ਮੈਂ ਕਹੀ ਦਾ ਜਾਣਾ ਉਹ ਦੂਜਾ ਰਾਹ ਸੀ ਯਾਰ ਗਲਤ ਰਾਹ ਆ ਗਏ ਆ ਗਏ ਸੀ ਗਾਈਸ ਕਿਸੇ ਦੇ ਘਰ ਆ ਗਏ ਸੀ ਦੇਖੋ ਨੀਚੇ ਦਾ ਦੇਖੋ ਵਿਊ ਓ ਮਾਈ ਗੋਡ ਧਿਆਨ ਨਾਲ ਬਾਈ ਘਰੋਂ ਗਾਲਾਂ ਬਹੁਤ ਪੈਣੀਆਂ ਵੀਡੀਓ ਦੇਖ ਦੇਖ ਕੇ ਹੈਰਮਨ ਆਹੀ ਸੀਗਾ ਮੈਂ ਤੈਨੂੰ ਕਹੀ ਤੱਕਿਆ ਉਹਦਾ ਘਰ ਸੀਗਾ ਦੂਰੀ ਦੇਖ ਰਿਹਾ ਸੀ ਨੰਬਰ ਪਲੇਟ ਉਹ ਨੇਮ ਪਲੇਟ ਜੀ ਆ ਹੁਣ ਨੇਮ ਪਲੇਟ ਦੇਖ ਲਈ ਉੱਥੇ ਕੱਚੇ ਹੈ ਕੀ ਗਾਈਸ ਉਹ ਦੇਖੋ ਢਲਾਣ ਹੁਣ ਆਉਣੀ ਆ ਉੱਤੋਂ ਰਸਤਾ ਨਹੀਂ ਸਹੀ ਰਹਾ ਮੈਂ ਆਰਾਮ ਨਾਲ ਬਸ ਉੱਤੋਂ ਬੱਟੇ ਨੇ ਵਾਈਬ੍ਰੇਟ ਵੈਰੀ ਗੁੱਡ ਭੈਣ ਮਾੜੇ ਜਿਹੇ ਚੱਕ ਤੋਂ ਕੱਢਿਆ ਉੱਥੇ ਹੀ ਇਹੀ ਤਾਂ ਡਰਾਈਵਰ ਹੀ ਹੈ ਉਹਨੇ ਬਣੀ ਇੰਨਾ ਵੀਰ ਬਜਾ ਕਿੱਥੇ ਜਾਣਾ ਮੈਂ ਉਹ ਤੇ ਹੈਰਾਨ ਹਾਂ ਖਤਰਨਾਕ ਆ ਇਮਲੀ ਦਾ ਬਾਬੇ ਉਰੇ ਤਾਂ ਹੈਗੀ ਸਿੱਧੀ ਚੜਾਈ ਧਿਆਨ ਨਾਲ ਬਸ ਧਿਆਨ ਨਾਲ ਹੁਣ ਫੋਨ ਚ ਤਾਂ ਪਤਾ ਲੱਗ ਨੀ ਰਿਹਾ ਹੋਣਾ ਗਾਈਸ ਉਹ ਜਿਹੜੀ ਸਾਹਮਣੇ ਦਿਖ ਰਹੀ ਹੈ ਨਾ ਉਸੇ ਹਿਸਾਬ ਨਾਲ ਆਈ ਵੀ ਆਹ ਦੇਖੋ ਬੈਕ ਤੋਂ ਚੁੱਕਲੇ ਚਾਰੋ ਤਰਫ ਜੰਗਲ ਹੀ ਜੰਗਲ ਮੋਟਰਸਾਈਕਲ ਫਿਰ ਬੰਦ ਹੋ ਚੜਾਉਣਾ ਯਾਰ ਚੌਕਦੇ ਫਿਰ ਬੰਦ ਕੀ ਬਾਰ ਬਾਰ ਅੰਤ ਤੂੰ ਨਾ ਆਪਣਾ ਕਰ ਭਾਈ
ਕੋਈ ਖਿੱਚ ਲੋ ਸੁੱਕੇ ਸੁੱਕੇ ਹੀ ਫੋਟੋ ਖਿੱਚਣ ਨੂੰ ਗਿਆ ਮੈਂ ਕਿਹੜਾ ਕੋਈ ਗੱਲ ਕਰਨ ਗਿਆ ਹੈ ਆਹੋ ਪਤਾ ਮੈਨੂੰ ਗੋਬਿੰਦ ਸਾਹਿਬ ਦਾ ਹੋਰ ਯਾਰ ਲੋਕੇਸ਼ਨ ਦਾ ਦੇਖ ਕਿੰਨੀ ਵਧੀਆ ਫੋਟੋ ਖਿਚਾ ਲਾ ਰੋਕ ਕੇ ਇੱਕ ਮਿੰਟ ਰੋਕ ਆਹ ਇੱਥੇ ਲਾ ਲਾ ਪੂਰੀ ਰੋਕ ਲਾ ਇਸੇ ਜਗ੍ਹਾ ਤੇ ਆਏ ਹਾਂ ਗਾਈਸ ਇਹ ਦਰਿਆ ਵਾਲਾ ਹਿੱਸਾ ਬਸ ਇੱਧਰ ਹੀ ਆ ਸਾਡਾ ਰਸਤਾ ਉਹ ਜਿੱਥੇ ਸਕੂਟਰੀ ਆ ਰਹੀ ਆ ਉਧਰਲੀ ਸਾਈਡ ਵੀਡੀਓਜ਼ ਬਣਾ ਲਈਆਂ ਤੇ ਫੋਟੋਆਂ ਵਗੈਰਾ ਖਿੱਚ ਲਈਆਂ ਨੇ ਲੋਕੇਸ਼ਨ ਬਹੁਤ ਘੈਂਟ ਆ ਬਹੁਤ ਵਧੀਆ ਲੋਕੇਸ਼ਨ ਆ ਸਾਰੀ ਹੋਈ ਹੁਣ ਇਹ ਐਕਸਪਲੇਨ ਤਾਂ ਐਵੇਂ ਹੋਣੀ ਨਹੀਂ ਨਾ ਕੈਮਰੇ ਰਾਹੀਂ ਨਾ ਬੋਲ ਕੇ ਹੁਣ ਪਰ ਐਕਸਪਲੇਨ ਅਸੀਂ ਵੀ ਨਹੀਂ ਕਰ ਸਕਦੇ ਬਹੁਤ ਵਧੀਆ ਮਾਹੌਲ ਘੈਂਟ ਉਹ ਦੇਖੋ ਪੂਰੇ ਪਹਾੜਾਂ 'ਤੇ ਬੱਕਰੀਆਂ ਬੱਕਰੀਆਂ ਨੇ ਦੋ ਇੱਧਰ ਨੇ ਹਲੇ ਵੀ ਅਸੀਂ ਇੱਥੋਂ ਜਾ ਕੇ ਉਹ ਪਰਲੀ ਸਾਈਡ ਉੱਪਰ ਜਾ ਕੇ ਉੱਧਰ ਨੂੰ ਜਾਣਾ ਬੈਕ ਸਾਈਡ ਦੇਖੋ ਇੱਧਰੋਂ ਮਾਹੌਲ ਉਹ ਦੇਖੋ ਉੱਪਰ ਮੱਝਾਂ ਤੁਹਾਨੂੰ ਰੁਕ ਜਾਓ ਉਹ ਰਹੀਆਂ ਖਤਰਨਾਕ ਹਨ ਉੱਪਰ ਨੂੰ ਉਤਰਨਾ ਪੈਣਾ ਨਾ ਇੱਥੋਂ ਤਾਂ ਨਹੀਂ ਇੱਕ ਬੰਦੇ ਨੂੰ ਕਿ ਚੜ ਜੂ ਤੈਨੂੰ ਨਾ ਔਖਾ ਲੱਗੇ ਬਸ ਮੈਂ ਉੱਤਰ ਨੂੰ ਬਾਈਕ ਫਸ ਰਹੀ ਆ ਖਿੱਚ ਦੋ ਚੱਲਣ ਦੋ ਭੱਜ ਲੋ ਉੱਤਰ ਜਾਓ ਉੱਤਰ ਜਾਓ ਪਹੁੰਚ ਗਏ ਜੀ ਪਹੁੰਚ ਗਏ ਸਾਹ ਫੁੱਲਣ ਨਹੀਂ ਲੱਗ ਗਿਆ ਕਿ ਮੈਂ ਚੜ ਕੇ ਆਇਆ ਚੜਾਈ ਆ ਨਾ ਆ ਕਿੱਧਰ ਨੂੰ ਚੱਕ ਉਹ ਦੇਖੀ ਦੇਖੀ ਇੱਥੋਂ ਉਤਰਨ ਦੇ ਉਤਰਨ ਦੇ ਉਤਰੇ ਜਾ ਵੀਰ ਤੂੰ ਪਰ ਨਹੀਂ ਮੋੜ ਗਲਤ ਮੋੜ ਲਿਆ ਯਾਰ ਤੈਂ ਜਿੱਥੇ ਭਾਂਡੇ ਧੋਂਦਾ ਉੱਥੇ ਮੋੜ ਲਿਆ ਫਿਰ ਉੱਪਰ ਚੜਾ ਲਿਆ ਕੋਈ ਨੀ ਚੱਲ ਚਲੋ ਚਲੋ ਯਾਰ ਇਹ ਕਿਸ਼ਤੀ ਜਾਣਾ ਯਾਰ ਦਰਿਆ ਰਾਹੀਂ ਗਾਈਸ ਡਰ ਰਹੇ ਨੇ ਯਾਰ ਉਰੇ ਆ ਕੇ ਬੰਦ ਕਰ ਦੇ ਖੜ ਚੁੱਕੀਆਂ ਨੇ ਉੱਪਰ ਬੈਠ ਚੁੱਕੇ ਨੇ ਇੱਧਰ ਆ ਪਿੱਛੇ ਦਰਿਆ ਗਾਈਸ ਚੱਲ ਚੁੱਕੀ ਆ ਕਿਸ਼ਤੀ ਪਹਿਲੀ ਵਾਰ ਸਫ਼ਰ ਕਰ ਰਹੇ ਹਾਂ ਯਾਰ
ਬਈ ਪਹੁੰਚ ਚੁੱਕੇ ਆ ਹੁਣ ਨਿਕਲ ਲੱਗੇ ਨੇ ਮੋਟਰਸਾਈਕਲ ਇਧਰੋਂ ਆਉਣਾ ਸੀ ਦਰਿਆ ਉਤਰਨ ਤੋਂ ਬਾਅਦ ਹੋ ਰਹੀ ਹੈ ਟ੍ਰੈਕਿੰਗ It's when you're not enough, I'm a son. What did happen to the